ਬੀਤੀ ਸ਼ਾਮ ਰੋਪੜ ਦੇ ਨਗਰ ਕੌਂਸਲ ਦੇ ਨਜ਼ਦੀਕ ਸਰਹੰਦਨੈਲ ਚੋਂ ਗੁਜ਼ਰਦੀ ਹੈ ਉਸ ਦੇ ਵਿੱਚ ਇੱਕ ਥਾਰ ਗੱਡੀ ਅਤੇ ਇੱਕ ਕਾਟਰ ਵਿੱਚ ਟੱਕਰ ਹੁੰਦੀ ਹੈ ਟੱਕਰ ਤੋਂ ਬਾਅਦ ਜਿਹੜਾ ਆਟੋ ਆ ਸਰਹੰਦਨੈਲ ਦੇ ਵਿੱਚ ਤੁਸੀਂ ਕਹਿ ਸਕਦੇ ਗਿਰ ਜਾਂਦਾ ਹੈ ਤੇ ਫਿਲਹਾਲ ਕਿੰਨੇ ਵਿਅਕਤੀ ਉਸ ਆਟੋ ਵਿੱਚ ਸਵਾਰ ਸਨ ਇਸ ਬਾਬਤ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋ ਰਹੀ ਲੇਕਿਨ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਆਟੋ ਆ ਉਸ ਵਿੱਚ ਜਿਹੜੇ ਵਿਅਕਤੀ ਸਵਾਰ ਸਨ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਆ ਫਿਲਹਾਲ ਸਰੰਦ ਨਹਿਰ ਦੇ ਦ੍ਰਿਸ਼ ਤੋਂ ਦਿਖਾ ਰਹੇ ਆ ਸਰੰਦ ਨਹਿਰ ਆ ਇਸ ਦੇ ਵਿੱਚ ਆਟੋ ਗਿਰਿਆ ਸੀਗਾ ਕਰੀਬ 60 ਤੋਂ 70 ਮੀਟਰ ਉਚਾਈ ਤੋਂ ਆਟੋ ਥੱਲੇ ਗਿਰਿਆ ਸੀਗਾ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀ ਟੀਮਾਂ ਨੂੰ ਮੌਕੇ ਉੱਤੇ ਬੁਲਾ ਲਿਆ ਗਿਆ ਸੀਗਾ ਤੇ ਹੁਣ ਇਸ ਵਕਤ ਪ੍ਰਸ਼ਾਸਨ ਖੁਦ ਮੌਕੇ ਉੱਤੇ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਐਸਟੀਐਮ ਸਾਹਿਬ ਦਾ ਮੌਜੂਦ ਨੇ ਸਰ ਕੀ ਸਿਚੁਏਸ਼ਨ ਕਰੰਟ ਸਿਚੁਏਸ਼ਨ ਕੀ ਆ ਕੀ ਪਤਾ ਲੱਗ ਰਿਹਾ ਵੀ ਕਿੰਨੇ ਕ ਬੰਦੇ ਉਸ ਆਟੋ ਦੇ ਵਿੱਚ ਸੀਗੇ ਜਿਹੜਾ ਬਾਹ ਅ ਕਰੰਟਲੀ ਅਸੀਂ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਕਿੰਨੇ ਵਿਅਕਤੀ ਸੀਗੇ ਜਿਹੜਾ ਆਟੋ ਗਿਰਿਆ ਹੈਗਾ ਅਨਫੋਰਚੂਨੇਟਲੀ ਅਜੇ ਉਸ ਤੇ ਕਲੈਰਿਟੀ ਨਹੀਂ ਆ 파ਰੀ ਬਿਕਾਜ਼ ਉੱਥੇ ਕੋਈ ਵਿਟਨੈਸ ਸਾਨੂੰ ਨਹੀਂ ਮਿਲ ਰਹੇ ਤੇ ਜਿਸ ਗੱਡੀ ਨਾਲ ਐਕਸੀਡੈਂਟ ਹੋਇਆ ਹੈਗਾ ਤੇ ਉਹਨਾਂ ਦੇ ਬੰਦੇ ਜਿਹੜਾ ਹੈਗਾ ਉਹਨੂੰ ਪੁਛਤਾ ਚੱਲ ਰਹੀ ਹੈਗੀ ਤੇ ਉਹਦੇ ਅਕੋਰਡਿੰਗਲੀ ਇੰਟੈਲੀਜੈਂਸ ਰਾਹੀਂ ਅਸੀਂ ਵੀ ਆਰ ਟ੍ਰਾਈਂਗ ਟੂ ਫਾਈਂਡ ਆਊਟ ਤੇ ਫਿਲਹਾਲ ਅਸੀਂ ਐਨਆਰਐਫ ਦੇ ਨਾਲ ਸਾਡੀ ਟੀਮ ਜਿਹੜੀ ਹੈਗੀ ਹੈ ਵੀ ਹੈਵ ਟ੍ਰਾਈਡ ਅਸੀਂ ਆਪ ਹੀ ਹੁਣ ਜਿਵੇਂ ਤੁਸੀਂ ਦੇਖਿਆ ਵੀ ਅਸੀਂ ਆਪ ਹੀ ਇੱਕ ਵਾਰ ਗਿਆੜਾ ਲਗਾ ਕੇ ਦੇਖਿਆ ਹੈਗਾ ਕਿ ਜੇ ਕੋਈ ਮਿਲਣਾ ਹੈ ਤਾਂ ਮਿਲ ਜਾਏਗਾ ਅ ਕੱਲ ਰਾਤ ਵੀ ਹਨੇਰੇ ਤੱਕ ਆਈ ਥਿੰਕ 10:30 ਵਜੇ ਤੱਕ ਚਿਲਦਾ ਸਾਹਿਬ ਹਾਂ ਚਿਲਦਾ ਸਾਹਿਬ ਮੈਂ ਤੇ ਨਾਇਬ ਸਾਹਿਬ ਵੀ ਵਰ देयर ਵਿਦ ਈਐਨਡੀਆਰਐਫ ਦੇ ਟ੍ਰਾਈਡ देयर ਬੈਸਟ ਉਹਨਾਂ ਨੇ ਕਾਫੀ ਟਰਾਈ ਕੀਤੀ ਬਟ ਰਾਤ ਦੇ 10 ਵਜੇ 10:30 ਵਜੇ ਉਹਨਾਂ ਨੇ ਕਿਹਾ ਵੀ ਵੀ ਸਾਰਾ ਹਨ ਅਸੀਂ ਸਵੇਰੇ 6 ਵਜੇ ਸ਼ੁਰੂ ਕਰਦੇ ਹਾਂ ਤੇ ਐਗਜ਼ੈਕਟਲੀ ਆਈ ਥਿੰਕ ਐਟ 6 615 ਦੇ ਸਟਾਰਟਡ ਟੂਡੇ ਆਲਸੋ ਸਰ ਐਨਟੀਆਰ ਦੇ ਨਾਲ ਕਦੋਂ ਤਾਲੁਕ ਕੀਤਾ ਗਿਆ ਤੇ ਕਿੰਨਾ ਰਿਸਪੌਂਸ ਟਾਈਮ ਕਿੰਨਾ ਸੀਗਾ ਕਦੋਂ ਉਹ ਇੱਥੇ ਪਹੁੰਚ ਗਏ ਸਨ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਹੁਣ ਲੋਕਲ ਬਾਡੀ ਜਿਹੜਾ ਹੈਗੀ ਔਰ ਪ੍ਰਿੰਸੀਪਲ ਪ੍ਰਸ਼ਾਸਨ ਹੈਗਾ ਉਹਦੇ ਬਸ ਦੀ ਗੱਲ ਨਹੀਂ ਰਹੀ ਕਿਉਂਕਿ ਡਾਈਵਰਸ ਦੀ ਲੋਡ ਪੈਂਦੀ ਹੈ ਨਹਿਰ ਦਾ ਕੰਮ ਹੈ ਪਾਣੀ ਜ਼ਿਆਦਾ ਫਲੋ ਸੀਗਾ ਇਸ ਬਾਬਤ ਵੀ ਜਾਣਕਾਰੀ ਇਹ ਤਾਂ ਰਾਈਟ ਅਵੇ ਕਰਦਾ ਸੀ ਜੀ ਦਿਸ ਇਜ਼ ਜਦੋਂ ਹੀ ਪਤਾ ਲੱਗਦਾ ਹੈ ਤੇ ਫਰਸਟ ਰਿਸਪੌਂਸ 5 ਮਿੰਟ ਦੇ ਵਿੱਚ ਵਿੱਚ ਹੋ ਜਾਂਦਾ ਤੇ ਵੀ ਹੈਵ ਟੂ ਮੇਕ ਆਊਟ ਕਿ ਇਹ ਕਿਹੜੀ ਐਕਸਪਰਟਿਸ ਕਿਸ It was, स्ट्रेट इट वाज इट्स ਕੋਈ ਦੌਰਾ ਨਹੀਂ ਸੀ ਕਿ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਦਾ ਸਟ੍ਰੇਟ ਆਪ ਰਿਸਪਾਂਸ ਇਹ ਸੀਗਾ ਵੀ ਐਨਡੀਆਰਐਫ ਹੀ ਇਧਰ ਕਰੇਗੀ ਤੇ ਇਮੀਡੀਏਟਲੀ ਅਸੀਂ ਕਾਲ ਕਰਤੀ ਉਹਨਾਂ ਦਾ ਰਿਸਪਾਂਸ ਟਾਈਮ ਬਹੁਤ ਅੱਛਾ ਸੀਗਾ ਦੇ ਰੀਸਡ ਇਹ ਦੇਰਾ ਹੁਣ ਤੋਂ ਪਹਿਲਾਂ ਪਹਿਲਾਂ ਆ ਚੁੱਕੇ ਸੀ ਮਤਲਬ ਤੇ ਦੇ ਹੈਡ ਸਟਾਰਟਡ देयर ਵਰਕ ਐਟ ਗੁੱਡ ਟਾਈਮ ਸਰ ਬੀਤੀ ਸ਼ਾਮ ਤੋਂ ਕੰਮ ਕੀਤਾ ਜਾ ਰਿਹਾ ਹੈ ਪਾਣੀ ਬਹੁਤ ਗੰਦਲਾ ਇਸ ਵਕਤ ਰਾਤ ਨੂੰ ਵੀ ਇਹਨਾਂ ਵੱਲੋਂ ਆਪਰੇਸ਼ਨ ਜਾਰੀ ਰੱਖਿਆ ਗਿਆ ਸੀ ਅੱਜ ਸਵੇਰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਕੀ ਉਮੀਦ ਲੱਗ ਰਹੀ ਹੈ ਤੁਸੀਂ ਆਪ ਵੀ ਹੁਣ ਜਾ ਕੇ ਸਾਨੂੰ ਨਹਿਰ ਦੇ ਵਿੱਚ ਇੱਕ ਰਾਉਂਡ ਲਗਾ ਕੇ ਆਏ ਆ ਕੋਈ ਲੱਗ ਰਿਹਾ ਵੀ ਜਿਸ ਹਿਸਾਬ ਦੇ ਨਾਲ ਪਾਣੀ ਦਾ ਫਲੋ ਵਧਿਆ ਹੋਇਆ ਹੈ ਤੇ ਪਾਣੀ ਦੀ ਸਪੀਡ ਵੀ ਬਹੁਤ ਜ਼ਿਆਦਾ ਹੈ ਪਾਣੀ ਨੂੰ ਘਟ ਕਰਨ ਦੀ ਤੁਹਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਕਿਹਾ ਵੀ ਗਿਆ ਸੀ ਉਹ ਹੋਇਆ ਹੈ ਜਾਂ ਨਹੀਂ ਹੋਇਆ ਕਿਉਂਕਿ ਉਤੋਂ ਮੌਸਮ ਵੀ ਖਰਾਬ ਹੈ ਤੇ ਜੇਕਰ ਮੌਸਮ ਖਰਾਬ ਹੁੰਦਾ ਤਾਂ ਜਦੋਂ ਇਹਦੇ ਰੈਸਕਿਊ ਆਪਰੇਸ਼ਨ ਹੁੰਦੇ ਉਹਨਾਂ 'ਚ ਦਿੱਕਤ ਪਰੇਸ਼ਾਨੀ ਬਹੁਤ ਆਉਂਦੀ ਹੈ। ਹਾਂ ਨਹੀਂ ਤੁਸੀਂ ਠੀਕ ਗੱਲ ਕੀਤੀ ਮੌਸਮ ਖਰਾਬ ਦੀ ਵਜ੍ਹਾ ਨਾਲ ਥੋੜਾ ਜਿਹਾ ਸਾਨੂੰ ਜਿਹਨੂੰ ਕਹਿੰਦੇ ਹਨ ਕਿ ਪ੍ਰੋਬਲਮ ਥੋੜੀ ਜੀ ਆਂਦੀ ਹੈਗੀ ਬਟ ਸਟਿਲ ਵੀ ਆਰ ਐਟ ਇਟ ਐਂਡ ਐਨਡੀਆਰ ਦੀ ਟੀਮ ਬਹੁਤ ਅੱਛਾ ਕੰਮ ਕਰ ਰਹੀ ਹੈਗੀ ਤੇ ਸਾਡੀ ਟੀਮ ਸੀਲਾ ਸਾਹਿਬ ਨੇਪਸੀਲਾ ਸਾਹਿਬ ਤੇ ਆਈ ਐਮ ਟ੍ਰਾਈਂਗ ਮਾਈ ਬੈਸਟ ਕਿ ਮੈਂ ਵੀ ਜਿੰਨਾ ਪੋਸੀਬਲ ਹੋਵੇ ਇਹਨਾਂ ਦੀ ਯੂ ਨੋ ਸੁਪਰਵਾਈਜ਼ਨ ਚੱਲਦੀ ਰਹੇ ਤੇ ਮੈਂ ਆਪ ਇਸ ਪਾਰਟਿਸਿਪੇਟ ਕਰਾਂ ਯੈਸ ਮੀ ਦੇ ਕਾਰਨ ਥੋੜੀ ਜਿਹੀ ਦਿੱਕਤ ਆਈਏ ਤੇ ਪਾਣੀ ਦਾ ਫਲੋ ਜਿਵੇਂ ਜਿਵੇਂ ਵੱਧਾ ਉਹਦਾ ਉਹਦਾ ਪ੍ਰੋਬੈਬਿਲਟੀ ਘਟਦੀ ਹੈਗੀ ਸਾਡੀ ਸਕਸੈਸ ਦੀ ਦੈਟ ਇਜ਼ ਵਾਈ ਜਿਹੜਾ ਸਪੌਟ ਐਕਸੀਡੈਂਟ ਦਾ ਹੈਗਾ ਉਹ ਤੋਂ ਅਸੀਂ ਕਾਫੀ ਅੱਗੇ ਤੁਸੀਂ ਦੇਖਿਆ ਹੋਵੇ ਸੀ ਕਾਫੀ ਅੱਗੇ ਆਏ ਹੋਏ ਹੈਗੇ ਬਿਕੋਜ਼ ਆਫ ਦਾ ਫਲੋ ਐਂਡ ਐਨ ਡੀ ਆਰ ਐਫ ਇਸਦੀ ਐਕਸਪਰਟ ਉਹਨਾਂ ਨੇ ਕਿਹਾ ਵੀ ਸਰ ਇੱਥੇ ਪ੍ਰੋਬੈਬਿਲਟੀ ਹੈਗੀ ਤਾਂ ਅਸੀਂ ਇਮੀਡੀਏਟਲੀ ਇੱਥੇ ਆਏ ਆ ਤੇ ਜਾ ਕੇ ਦੇਖਿਆ ਅਨਫੋਰਚਨਟਲੀ ਸਾਡੇ ਗੇੜੇ ਤੇ ਸਾਨੂੰ ਹਜੇ ਤੱਕ ਕੁਝ ਫੋਰਚਨ ਨੀਸ਼ਾ ਦਿੱਤਾ ਹੈਗਾ ਬਟ ਵੀਲ ਟ੍ਰਾਈ ਅੱਗੇ ਇਸ ਦੇ ਬਾਅਦ ਤੇ ਸਰ ਜਿਹੜਾ ਥਾਰ ਚਾਲਕ ਸੀ ਉਹਦੇ ਉੱਤੇ ਕੀ ਕਾਰਵਾਈ ਕਰ ਦਿੱਤੀ ਗਈ ਹੈ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਹੜੇ ਆਟੋ ਡਰਾਈਵਰ ਆ ਉਹਨਾਂ ਦੇ ਪਰਿਵਾਰਜਨਨ ਜ਼ਰੂਰ ਉੱਥੇ ਪਹੁੰਚੇ ਸਨ ਕੱਲ ਜਗ੍ਹਾ ਦੇ ਉੱਤੇ ਉਹਨਾਂ ਦੇ ਕੋਈ ਜਾਣਕਾਰੀ ਦਿਓ ਅ ਥੈਟ ਇਜ਼ ਥੈਟ ਇਜ਼ ਅੰਡਰ ਦੀ ਪੁਲਿਸ ਇਨਕੁਆਇਰੀ ਰਾਈਟ ਨਾਉ ਥੋੜੀ ਜੀ ਕਲੈਰਿਟੀ ਆਂਦੀ ਅੱਜ ਪ੍ਰੋਬੇਬਲੀ ਕਾਫੀ ਕਲੈਰਿਟੀ ਆ ਜਾਏਗੀ ਉਹਦੇ ਬਾਅਦ ਅਸੀਂ ਇਸ ਡੀਟੇਲ ਤੇ ਗੱਲ ਕਰ ਲਾਂਗੇ ਕਿੰਨੇ ਵਿਅਕਤੀ ਸਵਾਰ ਸਨ ਔਟੋ ਦੇ ਵਿੱਚ ਇਸ ਬਾਬਤ ਕੁਝ ਪਤਾ ਲੱਗਿਆ ਕਿਉਂਕਿ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਕੋਈ ਕਹਿ ਰਿਹਾ ਤਿੰਨ ਤੋਂ ਚਾਰ ਵਿਅਕਤੀ ਸੀ ਕਿਉਂਕਿ ਨਾ ਪੰਜ ਤੋਂ 6 ਵਿਅਕਤੀ ਸਨ ਕੋਈ ਕਹਿ ਰਿਹਾ ਦੋ ਹੀ ਵਿਅਕਤੀ ਸਨ ਕਿਤੇ 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 ਥਿਉਰੀ ਇਹ ਵੀ ਆ ਰਹੀ ਵੀ ਇਕੱਲਾ ਡਰਾਈਵਰ ਹੀ ਚਲਾ ਰਿਹਾ ਹਾਂ ਜੀ 댓 ਇਜ਼ ਉਹ ਕਿਆਸ ਹੀ ਨੇ ਇਹ ਅਸੀਂ ਇਸ ਲਈ ਪ੍ਰੋਬਲਮ ਆ ਰਹੀ ਹੈਗੀ ਇਸ ਸੀ ਕਿਉਂਕਿ देयर इज नो ਵਿਟਨੈਸ ਤਾਂ ਉਹ ਤਫਤੀਸ਼ ਚੱਲ ਰਹੀ ਹੈਗੀ ਡੀਐਸਪੀ ਸਾਹਿਬ ਕੱਲ ਰਾਤੀ ਡੀਐਸਪੀ ਸਾਹਿਬ ਵੀ ਇੱਥੇ ਸੀਗੇ ਅਸੀਂ ਕਾਫੀ ਡੀਟੇਲਸ ਗੱਲ ਹੋਈ ਇਸ ਬਾਰੇ ਤਾਂ ਉਹਨਾਂ ਦੀ ਜ਼ੋਰ ਸ਼ੋਰ ਨਾਲ ਤਫਤੀਸ਼ ਚੱਲ एक्टिव इन द फील्ड एंड वो कर रहे हैं ट्राई उही गल है भी क्या सही लगा जा रहा है कि शायद अकेला ड्राइवर था शायद कोई सवारिया थी तो विद टाइम ये क्लैरिटी आ जाएगी प्रोबेबली जल्दी आ जाएगी ਤਨਵਰ ਸੋ ਫਿਲਹਾਲ ਮੇਰੇ ਪਿੱਛੇ ਤੁਸੀਂ ਸਰਹੰਦ ਨਹਿਰ ਦੇਖ ਰਹੇ ਆ ਇਹਦੇ ਵਿੱਚ ਸਰਚ ਰੈਪਰੇਸ਼ਨ ਚੱਲ ਰਿਹਾ ਹੈ ਲੇਕਿਨ ਜਿਉ ਜਿਉ ਸਮਾਂ ਬੀਤਦਾ ਜਾ ਰਿਹਾ ਹੈ ਉਹ ਜਿਹੜੇ ਬਚਣ ਦੀ ਚਾਂਸਸ ਹੁੰਦੇ ਆ ਉਹਨੇ ਉਹਨੇ ਧੁੰਦਲੇ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਪਾਸੇ ਪਾਣੀ ਦਾ ਫਲੋ ਜ਼ਿਆਦਾ ਦੂਸਰੇ ਪਾਸੇ ਮੌਸਮ ਖਰਾਬ ਆ ਲੇਕਿਨ ਐਨਡੀਆਰਫਟੀ ਟੀਮਾਂ ਵੱਲੋਂ ਲਗਾਤਾਰ ਸਰਚ ਅਭਿਆਨ ਕੀਤਾ ਜਾ ਰਿਹਾ ਹੈ ਜਿਹੜਾ ਆਟੋ ਕੱਲ ਨਹਿਰ ਦੇ ਵਿੱਚ ਗਿਰਿਆ ਸੀਗਾ ਜਿਹੜੇ ਵਿਅਕਤੀ ਉਸ ਦੇ ਵਿੱਚ ਸ਼ਾਮਲ ਸਨ ਉਹਨਾਂ ਦੀ ਭਾਲ ਦੇ ਲਈ ਨਿਊਜ਼ 19 ਪੰਜਾਬ ਦੇ ਲਈ ਮੈਂ ਮਰਪਾਲ ਰੂਪਨਗਰ